ਬਣ ਕੇ ਬਸ ਹੁੰਦਾ ਕਿਤਾਬ ਫਿਰਦਾ ਲਾ ਛੱਡਦਾ ਵਾ ਇਹਦਾ ਜਿਵੇਂ ਕੁਛ ਬਣਦਾ ਘਰ ਲੈ ਕੇ ਪਤਾ ਠੀਕਰਾ ਜਾ ਐ ਕਰੀ ਜਾਣਗੇ ਪਤਾ ਨੀ ਕੀ ਕਰਦੇ ਵਿੱਚ ਹੋਰ ਯਾਰ ਘਰੇ ਵੀ ਨੀ ਵਰਜਦੇ ਨਾ ਪਤਾ ਘਰੇ ਦਾ ਵਰਜ ਅੱਠ ਵਜੇ ਤੋਂ ਲੈ ਕੇ ਮਾਰੇ ਪੰਜ ਵਜੇ ਤੱਕ ਇਹਨਾਂ ਦੇ ਹੀ ਗੱਲ ਚਾਰ ਗੇਟ ਤਾਂ ਮਾਰ ਚੱਲੇ ਬੈਠੇ ਬੈਠੇ ਆਪਣੇ ਮਾਰ ਗੁੱਸੇ ਨੂੰ ਛੱਡ ਪਰੇ ਤੂੰ ਮੈਨੂੰ ਜਾਣਦਾ ਨੀ ਹੈਗਾ ਉਹਨਾਂ ਨੇ ਪਤਾ ਉਹ ਤੁਸੀਂ ਕੰਮ ਵਾਲੇ ਮੁੰਡੇ ਮੈਂ ਤੁਹਾਨੂੰ ਕਿਹਾ ਬਈ ਅੱਜ ਬਿਨਾ ਦੱਸੀ ਵਗੇ ਰਹੇ ਕੀ ਹੋ ਗਿਆ ਇਹਨੂੰ ਮਾਰ ਕੇ ਸੱਟ ਓਏ ਹੁਣ ਛੇਤੀ ਭੱਜ ਵੀ ਗਏ ਹੁਣ ਖੂਨ ਗਰਮ ਹੋਇਆ ਸੀ ਭੁੱਲ ਗਿਆ ਕੀ ਹੋ ਗਿਆ ਪੰਗੇ ਲੈਂਦਾ ਹੋਣਾ ਤੂੰ ਵੀ ਸਾਨੂੰ ਅੱਜ ਤੱਕ ਦੋ ਜਣੇ ਬੈਠੇ ਸੀ ਉੱਥੇ ਊਂ ਗੱਲਾਂ ਕਰਦੇ ਆਸ ਵਿੱਚ ਵੀ ਅਸੀਂ ਇੱਕ ਦੂਜੇ ਵਿਹਲੇ ਫਿਰਦੇ ਕੰਮ ਲੱਗ ਜੀ ਅਸੀਂ ਹਾਂ ਵਿਹਲੇ ਆਹੀ ਕੁਛ ਕਰੋਗੇ ਤੁਸੀਂ ਹੋਰ ਉਹ ਕਹਿੰਦੇ ਸਾਨੂੰ ਕਹਿੰਦੇ ਉਹ ਬੰਦੇ ਬਣਾ ਲੈ ਕੁੱਟ ਕੇ ਵੱਗ ਗਈ ਉਹ ਮੈਨੂੰ ਜੀ ਅੱਛਾ ਕੌਣ ਕੌਣ ਦੀ ਕਿਹਦਾ ਭੋਲਾ ਸੀਗਾ ਜੀ ਆਪ ਕਿਹਦਾ ਹੈ ਭੋਲਾ ਉਹ ਪਿਓ ਨੀ ਮੈਂ ਜਾਣਦਾ ਇੱਕ ਭੋਲਾ ਘੁੱਦੇ ਦਾ ਪੈ ਗਿਆ ਇੱਥੋਂ ਤੇਰੇ ਪਿੰਡ ਦੇ ਨੇ ਹਾਂਜੀ ਅੱਛਾ ਨਾਂ ਲਿਖਾ ਭੋਲਾ ਜੀ ਹਾਂ ਭੋਲਾ ਹੋਰ ਘੁੱਦਾ ਜੀ ਘੁੱਦਾ ਕੌਣ ਹੈ ਇਹ ਇੰਨਾ ਜੀ ਹੈ ਚਾਚੇ ਦਾ ਮੁੰਡਾ ਜੀ ਅੱਛਾ ਹੋਰ ਕੌਣ ਹੈ ਇੱਕ ਹੋਰ ਜੀ ਪਤਾ ਨੀ ਕਿਹੜਾ ਜੀ ਹੋਰ ਵੀ ਕਿਸੇ ਦੇ ਪਿੰਡਾਂ ਜੀ ਤੂੰ ਤੇਰੇ ਪਿੰਡ ਦੇ ਨੇ ਬੰਦੇ ਨਹੀਂ ਆਏ ਮੈਂ ਉਧਰ ਗਿਆ ਨਹੀਂ ਬੱਲੇ ਬੜੇ ਜੀ ਕਿਤੇ ਜੀ ਕੁੱਟ ਖਾ ਕੇ ਆ ਗਿਆ ਬੱਚਾ ਮੈਂ ਤਾਂ ਆਪ ਕੁੱਟ ਉੱਥੇ ਕੁੱਟਤਾ ਜੀ ਮੈਨੂੰ ਤਾਂ ਜੀ ਉਧਰ ਅੰਬ ਲੈਣ ਗਿਆ ਜੀ ਤੂੰ ਪਤਾ ਨਹੀਂ ਜੀ ਮੈਨੂੰ ਕੁੱਟਤਾ ਜੀ ਤੂੰ ਜੀ ਅੱਛਾ ਇਹ ਤਿੰਨ ਜਣੇ ਦੀ ਤਿੰਨ ਜਣੇ ਦੀ ਜੀ ਤੁਸੀਂ ਕਹੇ ਜਣੇ ਦੀ ਮੇਰੇ ਨਾਲ ਦੋ ਜਣੇ ਜੋ ਉਹਦਾ ਉੱਡ ਗਿਆ ਸੀਗਾ ਜੀ ਮੈਂ ਕੀ ਕਰਨਗੇ ਜੀ ਉੱਧਰ ਕੀ ਗੱਲ ਸੀ ਅੱਜ ਤਾਂ ਉੱਧਰ ਬੈਠੇ ਜੀ ਸੱਥਾਂ ਜੀ ਜੀ ਦੇਖ ਲੈ ਵੀ ਕੀ ਹੈ ਕਾਰੋਬਾਰ ਇਹਨਾਂ ਦਾ ਕੀ ਕਹਾਣੀ ਹੈ ਪੁਲਿਸ ਦਾ ਕਿਹੜਾ ਜਾਊਗਾ ਪੰਜੀ ਦਹਿਲੀ ਉਹ ਜਿਹੜੇ ਦੇ ਵਿੱਚ ਕੀ ਪੁਲਿਸ ਨੂੰ ਪੈ ਜਾਂਦਾ ਯਾਰ ਉਹ ਗੰਦੀ ਜਵਾਨ ਤੇ ਆਓ ਆ ਕੇ ਤੇਰੇ ਨਾਲ ਦੇ ਜੀ ਲੱਗਦਾ ਜਨਾ ਹੋ ਗਿਆ ਆਹੀ ਨੇ ਆਹੀ ਨੇ ਓ ਲੈ ਓ ਹਾਂਜੀ ਸਰ ਉਹ ਨਾ ਕੁੱਤੇ ਜਾ ਕੇ ਨਾ ਮੈਂ ਜੀ ਪਾੜ ਕੇ ਸਿਰ ਪੱਖਿਆ ਥੱਲੇ ਪੈ ਜਾਣੇ ਪਹਿਲਾਂ ਮੰਗ ਰਹੇ ਤੁਸੀਂ ਉਹ ਮੰਗੇ ਕੀ ਲੈ ਲਿਓ ਨੇ ਗਾਲਾਂ ਕਰਦਾ ਜੀ ਦਰੀ ਮੈਂ ਨਾ ਕੋਈ ਨਾਲ
ਪੰਮਾ ਨੀ ਤੁਰ ਆਉਂਦਾ ਯਾਰ ਉਹੀ ਆ ਨਾ ਹਾਂ ਵੀ ਪੰਮੇ ਕਿਵੇਂ ਆ ਕੀ ਹਾਲ ਆ ਪੰਮੇ ਠੀਕ ਆ ਸ਼ੋਕ ਤੂੰ ਸੁਣਾ ਕੀ ਹਾਲ ਆ ਠੀਕ ਆ ਲੜਾਈ ਨੇ ਜਿੰਦਗੀ ਖਰਾਬ ਕਰਦੀ ਫਿਰ ਅੱਛਾ ਯਾਰ ਤੂੰ ਤਾਂ ਮੰਨੀ ਨੀ ਮੇਰੀ ਗੱਲ ਤੂੰ ਤਾਂ ਗੁੱਸਾ ਹੀ ਬਹੁਤ ਕਰਿਆ ਤੂੰ ਉਦੋਂ ਮੈਨੂੰ ਪਤਾ ਲੱਗਿਆ ਸੀਗਾ ਤੂੰ ਸਹੀ ਗੱਲ ਆ ਯਾਰ ਗੁੱਸਾ ਕੰਟਰੋਲ ਕਰਨਾ ਪੈਂਦਾ ਬੰਦੇ ਨੂੰ ਠੀਕ ਆ ਨਾ ਘਰ ਸਾਰਾ ਬਰਬਾਦ ਹੋ ਗਿਆ ਯਾਰ ਉਹ ਚੱਕਰ ਹੋਣਾ ਹੀ ਹੈਗਾ ਤੂੰ ਮੰਨੇ ਹੀ ਨੀ ਮੇਰੀ ਗੱਲ ਹੁਣ ਤੂੰ ਦੇਖ ਲੈ ਤੂੰ ਕਿੱਥੇ ਆ ਤੇ ਮੈਂ ਕਿੱਥੇ ਆ ਮੈਂ ਤੈਨੂੰ ਕਿਹਾ ਸੀਗਾ ਵੀ ਤੂੰ ਕੋਈ ਗੱਲ ਨਹੀਂ ਜੇ ਕਹਿਤਾ ਯਾਰ ਤਾਂ ਹੁਣ ਤੇਰੇ ਮੈਂ ਵੀ ਸੀ ਹਾਂ ਉਹ ਤਾਂ ਮੈਂ ਵੀ ਘਰੇ ਜਾ ਕੇ ਇਹ ਗੱਲ ਕਰੀ ਸੀ ਆਪਣੇ ਵਾਲੀ ਵੀ ਸਾਨੂੰ ਐਂ ਕਹਿੰਦੇ ਨੇ ਲੋਕ ਮੈਨੂੰ ਤਾਂ ਮੇਰੇ ਘਰ ਦੇ ਮਾਂਗਰ ਪੈ ਗਏ ਕਹਿੰਦੇ ਤੂੰ ਫਿਰ ਬਣ ਕੇ ਦਿਖਾ ਕਹਿੰਦੇ ਕੁਛ ਉਹਨਾਂ ਨੂੰ ਕਹਿੰਦੇ ਤੂੰ ਉਹਨਾਂ ਨੂੰ ਕੁਛ ਬਣ ਕੇ ਦਿਖਾ ਤੇ ਮੈਨੂੰ ਤਾਂ ਸਪੋਰਟ ਨਹੀਂ ਕਰੀ ਉਦੋਂ ਮੇਰੇ ਘਰਦੇ ਨੇ ਤੇਰੇ ਭਾਈਆਂ ਨੇ ਵੀ ਤੈਨੂੰ ਸਪੋਰਟ ਕਰੀ ਉਦੋਂ ਤਾਂ ਕਰਕੇ ਸਾਰਾ ਕੰਮ ਖਰਾਬ ਹੋਇਆ ਹੈਗਾ ਚਲੋ ਜੇ ਤੈਨੂੰ ਸਮਝਾਉਂਦੇ ਕਿੱਦਾਂ ਹੋ ਗਿਆ